ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਆਜ਼ਾਦੀ ਤੋਂ ਬਾਅਦ ਲੋਕ ਹੌਲੀ ਹੌਲੀ ਆਪਣੇ ਕੰਮ ਧੰਦਿਆਂ ਵਿੱਚ ਲੱਗ ਗਏ, ਪਰ ਉੱਥੇ ਹੀ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੂੰ ਕਈ ਦਸ਼ਕ ਬੀਤ ਜਾਣ ਦੇ ਬਾਵਜੂਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ, ਜਿਸ ਕਰਕੇ ਉਹਨਾਂ ਨੇ ਬੰਦੂਕ ਚੱਕ ਲਈ ਅਤੇ ਹਿੰਸਾ ਦਾ ਰਾਹ ਦੁਬਾਰਾ ਫਿਰ ਚੁਣ ਲਿਆ। ਇੱਥੋਂ ਹੀ ਸ਼ੁਰੂ ਹੁੰਦਾ ਹੈ ਨਕਸਲਵਾਦ। ਆਖਿਰ ਕੌਣ ਸ਼ਖਸ ਸੀ ਪਹਿਲਾ ਨਕਸਲਵਾਦੀ ਅਤੇ ਕਿੱਥੋਂ ਕਿਹੜੇ ਪਿੰਡ ਤੋਂ ਸ਼ੁਰੂ ਹੋਇਆ ਸੀ ਨਕਸਲਵਾਦ ਅਤੇ ਇਹ ਨਾਮ ਨਕਸਲਵਾਦ ਕਿਵੇਂ ਪਿਆ, ਇਹਨਾਂ ਗੱਲਾਂ ਬਾਰੇ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਭਾਰਤ ਵਿੱਚ ਨਕਸਲਵਾਦ ਦੀ ਸ਼ੁਰੂਆਤ ਨੂੰ ਸਮਝਣ ਲਈ ਪਹਿਲਾਂ ਸਾਨੂੰ ਜਰਮਨੀ ਚੀਨ ਵਰਗੇ ਦੇਸ਼ਾਂ ਦੇ ਇਤਿਹਾਸ ਨੂੰ ਸਮਝਣਾ ਪੈਂਦਾ ਹੈ। 19ਵੀਂ ਸਦੀ ਜਰਮਨ ਵਿੱਚ ਕਾਰਲਸ ਮਾਰਕਸ ਦਾ ਜਨਮ ਹੋਇਆ, ਜੋ ਕਿ ਇੱਕ ਦਾਰਸ਼ਨਿਕ ਅਤੇ ਰਾਜਨੀਤਿਕ ਸੀ। ਉਸ ਦੇ ਵਿਚਾਰਾਂ ਨੇ ਇੱਕ ਵਾਰ ਪੂਰੀ ਦੁਨੀਆ ਵਿੱਚ ਕ੍ਰਾਂਤੀ ਲੈ ਆਉਂਦੀ ਸੀ। ਕਾਰਲਸ ਕਹਿੰਦਾ ਸੀ ਕਿ ਜੇ ਸ਼ਾਂਤੀਪੂਰਵਕ ਕਿਸੇ ਨੂੰ ਕੋਈ ਬਣਦਾ ਹੱਕ ਨਹੀਂ ਮਿਲਦਾ ਤਾਂ ਹਥਿਆਰ ਚੁੱਕ ਕੇ ਕ੍ਰਾਂਤੀ ਲਿਆਉਣੀ ਜਾਇਜ਼ ਹੈ। ਕਾਰਲਸ ਦੇ ਇਹਨਾਂ ਵਿਚਾਰਾਂ ਨੂੰ ਪਹਿਲੀ ਵਾਰ ਲੇਨਿਨ ਨੇ ਰੂਸ ਵਿੱਚ ਹਕੀਕੀ ਰੂਪ ਦਿੱਤਾ ਸੀ। ਲੇਨਿਨ ਨੇ ਰੂਸ ਵਿੱਚ ਤਖ਼ਤਾ ਪਲਟ ਕਰ ਦਿੱਤਾ। ਉਸ ਤੋਂ ਬਾਅਦ ਸਟਾਲਿਨ ਆਇਆ, ਜਿਸ ਨੇ ਕ੍ਰਾਂਤੀ ਦੇ ਨਾਮ ਉੱਪਰ ਲੱਖਾਂ ਲੋਕਾਂ ਦਾ ਨਰਸੰਹਾਰ ਕੀਤਾ। ਜਦੋਂ ਗਾਂਧੀ ਭਾਰਤ ਵਿੱਚ ਅਹਿੰਸਾ ਦੀ ਲੜਾਈ 'ਤੇ ਜ਼ੋਰ ਦੇ ਰਿਹਾ ਸੀ ਤਾਂ ਉਸ ਸਮੇਂ ਮਾਓ ਚੀਨ ਵਿੱਚ ਹਥਿਆਰਾਂ ਨਾਲ ਕ੍ਰਾਂਤੀ ਲਿਆ ਰਿਹਾ ਸੀ। ਮਾਓ ਨੂੰ ਵੀ 1949 ਵਿੱਚ ਸਫਲਤਾ ਮਿਲ ਹੀ ਗਈ। ਇੱਥੇ ਤੁਹਾਨੂੰ ਮਾਓ ਦਾ ਨਾਮ ਯਾਦ ਰੱਖਣਾ ਪਵੇਗਾ ਕਿਉਂਕਿ ਭਾਰਤ ਦੇ ਨਕਸਲਵਾਦ ਨਾਲ ਇਸ ਦਾ ਗੂੜਾ ਸੰਬੰਧ ਹੈ। ਰੂਸ ਦੀ ਕ੍ਰਾਂਤੀ ਤੋਂ ਬਾਅਦ ਜਦੋਂ ਪੂਰੀ ਦੁਨੀਆ ਵਿੱਚ ਕਾਰਲਸ ਮਾਰਕਸ ਦੇ ਵਿਚਾਰਾਂ ਨਾਲ ਲੋਕ ਪ੍ਰਭਾਵਿਤ ਹੋ ਰਹੇ ਸਨ ਤਾਂ ਉਸ ਸਮੇਂ ਭਾਰਤ ਵਿੱਚ ਵੀ ਕਾਰਲਸ ਦੇ ਮਾਰਕਸਵਾਦੀ ਵਿਚਾਰਾਂ ਦੀ ਚਰਚਾ ਹੋਣ ਲੱਗੀ ਸੀ। 1920 ਵਿੱਚ MN ਰਾਓ ਨੇ ਕਮਿਊਨਿਸਟ ਪਾਰਟੀ ਦੀ ਉਰਫ ਇੰਡੀਆ ਦੀ ਸਥਾਪਨਾ ਕੀਤੀ। 1925 ਵਿੱਚ ਕਮਿਊਨਿਸਟ ਪਾਰਟੀ ਨੇ ਕਾਨਪੁਰ ਵਿੱਚ ਆਪਣੀ ਪਹਿਲੀ ਰੈਲੀ ਕੀਤੀ ਸੀ। ਇਸ ਰੈਲੀ ਵਿੱਚ ਕਈ ਪ੍ਰਸਤਾਵ ਪਾਸ ਕੀਤੇ ਗਏ ਸਨ। ਸ਼ੁਰੂਆਤ ਵਿੱਚ ਕਮਿਊਨਿਸਟ ਪਾਰਟੀ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ, ਜਿਸ ਕਰਕੇ ਇਸ ਦੇ ਕਈ ਨੇਤਾ ਜੇਲ੍ਹ ਵਿੱਚ ਸੁੱਟ ਦਿੱਤੇ ਗਏ। ਕਮਿਊਨਿਸਟ ਪਾਰਟੀ 'ਤੇ ਅੰਗਰੇਜ਼ਾਂ ਵੱਲੋਂ ਬੈਨ ਵੀ ਲਗਾ ਦਿੱਤਾ ਗਿਆ, ਪਰ ਦੂਸਰੇ ਵਿਸ਼ਵ ਯੁੱਧ ਵਿੱਚ ਰੂਸ ਇੰਗਲੈਂਡ ਨਾਲ ਮਿਲ ਕੇ ਲੜਾਈ ਲੜ ਰਿਹਾ ਸੀ, ਜਿਸ ਕਰਕੇ ਭਾਰਤ ਦੇ ਕਮਿਊਨਿਸਟਾਂ ਨੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ। ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਇਲੈਕਸ਼ਨਾਂ ਵਿੱਚ ਕਮਿਊਨਿਸਟ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਸੀ। 1957 ਵਿੱਚ ਕਮਿਊਨਿਸਟ ਪਾਰਟੀ ਦੀ ਸਰਕਾਰ ਕੇਰਲ ਵਿੱਚ ਬਣੀ, ਜੋ ਕਿ ਦੁਨੀਆ ਦੀ ਪਹਿਲੀ ਜਨਤਾ ਦੁਆਰਾ ਚੁਣੀ ਗਈ ਕਮਿਊਨਿਸਟ ਸਰਕਾਰ ਸੀ। 1960 ਵਿੱਚ ਜਦੋਂ ਭਾਰਤ ਦਾ ਚੀਨ ਨਾਲ ਯੁੱਧ ਹੋਇਆ ਤਾਂ ਕਮਿਊਨਿਸਟ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ। ਇੱਕ ਧੜਾ ਚੀਨ ਦਾ ਸਮਰਥਨ ਕਰਦਾ ਸੀ ਅਤੇ ਦੂਸਰਾ ਭਾਰਤ ਦਾ। 1964 ਵਿੱਚ ਚੀਨ ਨੂੰ ਸਹਿਯੋਗ ਕਰਨ ਵਾਲੇ ਧੜੇ ਨੇ CPI ਕਮਿਊਨਿਸਟ ਪਾਰਟੀ ਆਫ ਇੰਡੀਆ ਤੋਂ ਵੱਖਰੇ ਹੋ ਕੇ CPM ਕਮਿਊਨਿਸਟ ਪਾਰਟੀ ਆਫ ਮਾਰਕਸਵਾਦ ਬਣਾਈ। CPM ਦੇ ਨੇਤਾ ਕਾਓ ਸਾਨੇਆਲ ਮਾਓ ਤੋਂ ਬਹੁਤ ਪ੍ਰਭਾਵਿਤ ਸੀ। ਕਾਓ ਸਾਨੇਆਲ ਨੂੰ ਭਾਰਤ ਵਿੱਚ ਹੀ ਅਸਲ ਨਕਸਲਵਾਦ ਦਾ ਜਨਮਦਾਤਾ ਮੰਨਿਆ ਜਾਂਦਾ ਹੈ, ਜਿਸ ਦੀ ਸ਼ੁਰੂਆਤ 1967 ਵਿੱਚ ਪੱਛਮੀ ਬੰਗਾਲ ਦੇ ਇੱਕ ਛੋਟੇ ਜਿਹੇ ਪਿੰਡ ਨਕਸਲਵਾੜੀ ਤੋਂ ਹੋਈ ਸੀ। ਇਸ ਨਕਸਲਵਾੜੀ ਪਿੰਡ ਤੋਂ ਸ਼ੁਰੂ ਹੋਏ ਛੋਟੇ ਜਿਹੇ ਅੰਦੋਲਨ ਦਾ ਨਾਮ ਹੀ ਬਾਅਦ ਵਿੱਚ ਨਕਸਲਵਾਦ ਪਿਆ। ਇਹ ਅੰਦੋਲਨ ਮਜ਼ਦੂਰਾਂ ਨੂੰ ਬਣਦੇ ਹੱਕ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਸੀ। ਇਸ ਅੰਦੋਲਨ ਵਿੱਚ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਮਿਲ ਕੇ ਵੱਡੇ ਵੱਡੇ ਧਨਾੜ ਜ਼ਿਮੀਂਦਾਰਾਂ ਦੀ ਚੁਣ ਚੁਣ ਕੇ ਹੱਤਿਆ ਕੀਤੀ। 23 ਮਈ 1967 ਨੂੰ ਪੁਲਿਸ ਅਤੇ ਇਸ ਅੰਦੋਲਨਕਾਰੀਆਂ ਵਿੱਚ ਝੜਪ ਹੋਈ, ਜਿਸ ਵਿੱਚ 4 ਪੁਲਿਸ ਵਾਲੇ ਮਾਰੇ ਗਏ ਸਨ, ਜੋ ਬਾਅਦ ਵਿੱਚ ਲੰਮਾ ਸਮਾਂ ਸੰਘਰਸ਼ ਜਾਰੀ ਰਿਹਾ। 1969 ਦੇ ਵਿੱਚ ਕਾਓ ਸਾਨੇਆਲ ਨੇ ਮਾਓ ਦੇ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ। ਇਸ ਪਾਰਟੀ ਦਾ ਐਲਾਨ ਕੀਤਾ ਕਿ ਸਾਨੂੰ ਭਾਰਤ ਵਿੱਚ ਹੋਣ ਵਾਲੀਆਂ ਵੋਟਾਂ 'ਤੇ ਭਰੋਸਾ ਨਹੀਂ ਅਤੇ ਅਸੀਂ ਹਥਿਆਰਾਂ ਦੇ ਨਾਲ ਨਵੀਂ ਕ੍ਰਾਂਤੀ ਲੈ ਕੇ ਆਵਾਂਗੇ। 70 ਦੇ ਦਸ਼ਕ ਵਿੱਚ ਇਹ ਅੰਦੋਲਨ ਬਹੁਤ ਲੋਕਪ੍ਰਿਯ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇਸ ਦੇ ਨਾਲ ਜੁੜਨ ਲੱਗੇ। ਵੱਡੇ ਵੱਡੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਖੋਹ ਕੇ ਛੋਟਿਆਂ ਨੂੰ ਦੇਣਾ ਇਹਨਾਂ ਦੇ ਵੱਡੇ ਮੁੱਦੇ ਸਨ। 1971 ਵਿੱਚ ਇਹਨਾਂ ਦੀ ਗਿਣਤੀ ਵੱਧਦੀ ਦੇਖ ਕੇ ਭਾਰਤੀ ਆਰਮੀ ਅਤੇ ਪੁਲਿਸ ਨੇ ਮਿਲ ਕੇ ਇੱਕ ਅਭਿਆਨ ਚਲਾਇਆ। ਇਸ ਅਭਿਆਨ ਵਿੱਚ ਕਰੀਬ 20,000 ਨਕਸਲੀ ਮਾਰੇ ਗਏ ਅਤੇ ਇਹਨਾਂ ਦੇ ਵੱਡੇ ਨੇਤਾਵਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। 1972 ਵਿੱਚ ਨਕਸਲੀਆਂ ਦੀ ਵੱਡੇ ਨੇਤਾ ਚਾਰੂ ਮਨਜੂਰ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ ਅੰਦੋਲਨ ਖਿਲਰ ਜਾਂਦਾ ਹੈ। ਭਾਰਤ ਅਤੇ ਦੇ ਪੱਛਮੀ ਬੰਗਾਲ ਵਿੱਚ ਪੁਲਿਸ ਅਤੇ ਆਰਮੀ ਤਾਂ ਇਸ ਨੂੰ ਕਾਬੂ ਕਰ ਲੈਂਦੀ ਹੈ, ਪਰ ਇਹ ਹੌਲੀ ਹੌਲੀ ਆਂਧਰਾ ਪ੍ਰਦੇਸ਼, ਬਿਹਾਰ, ਤੇਲੰਗਾਨਾ, ਉੜੀਸਾ ਵਿੱਚ ਵੀ ਫੈਲ ਜਾਂਦਾ ਹੈ। 2000 ਸਨ ਤੋਂ ਬਾਅਦ ਇਹ ਅੰਦੋਲਨ ਆਪਣੇ ਪੂਰੇ ਸਿਖਰ 'ਤੇ ਪਹੁੰਚ ਜਾਂਦਾ। ਉਸ ਸਮੇਂ ਤੱਕ ਭਾਰਤ ਦੇ 10 ਰਾਜਾਂ ਦੇ ਕਰੀਬ 90 ਜ਼ਿਲ੍ਹੇ ਨਕਸਲੀਆਂ ਦੇ ਰੈੱਡ ਕੋਰੀਡੋਰ ਕਹਾਏ ਜਾਣ ਲੱਗੇ। ਨਕਸਲਵਾਦ ਦੀਆਂ ਗਤੀਵਿਧੀਆਂ ਅਕਸਰ ਜੰਗਲਾਂ ਵਿੱਚ ਉਹਨਾਂ ਜਗ੍ਹਾ 'ਤੇ ਹੁੰਦੀਆਂ ਜਿੱਥੇ ਰੇਲ, ਬੱਸ ਅਤੇ ਬਿਜਲੀ ਆਦਿ ਨਹੀਂ ਪਹੁੰਚਦੇ ਸਨ। ਇਸ ਤੋਂ ਬਾਅਦ ਨਕਸਲੀਆਂ ਨੇ ਸੈਂਕੜੇ ਭਾਰਤੀ ਫੌਜ ਦੇ ਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। 2001 ਤੋਂ ਲੈ ਕੇ 2019 ਦੇ ਅੰਕੜਿਆਂ ਅਨੁਸਾਰ ਨਕਸਲੀਆਂ ਨੇ
1200 के करीब फौज के जवानों को मौत के घाट उतार दिता। नक्सलियों के वड्डे हमलों की गल करिए, नक्सलियों ने 2008 में महाराष्ट्र के गढ़ चरोली के लाहड़ी पुलिस थाने पर हमला करके 17 पुलिस वालों की हत्या कर दी सी। 5 फरवरी 2010 को पश्चिमी बंगाल के सिंधा में करीब 100 नक्सलियों ने पुलिस कैंप पर हमला करके 25 जवान मार दिए ते उन्होंने हथियार लुट लए। 4 अक्तूबर 2010 को उड़ीसा में पुलिस की एक बस को बंब के नाल उड़ा दिता गया सी, जिस विच 10 पुलिस वाले मारे गए ते 16 जख्मी हुए सन। 4 अप्रैल 2010 को दांतेवाड़ा में नक्सलियों ने वड्डा हमला करते हुए CRPF के 76 जवानों की हत्या कर दी। 25 मई 2013 को छत्तीसगढ़ के सुकमा जिले में नक्सलियों ने कांग्रेस की एक रैली उपर ही हमला कर दिता सी। इस हमले में 1000 नक्सलियों का विरोध करने वाले विद्याचरण शकल समेत 25 कांग्रसी मारे गए सन। 13 मार्च 2018 को फिर छत्तीसगढ़ के सुकमा जिले में नक्सलियों ने CRPF पर हमला किया, जिस विच 9 फौजी शहीद होए। 4 अप्रैल 2019 को बस्तर में 4 फौजी और 9 अप्रैल को BJP के नेता समेत 4 पुलिस वालों की हत्या की गई। कहा जाता रहा है कि हुण नक्सलियों द्वारा की हिंसा में 41% कमी आई है। असल में नक्सलवाद घटने की सब तो वड्डी कारण हिंसा ही है। 1977 में कानू सानेवाल भी जेल चो रिहा किया गया सी। उसने अपने आप को नक्सलवाद तो उदों तो ही अलग कर लिया सी। भारत के कई जिले अज भी नक्सलवाद की मार झल रहे हैं, जिस विच सैकड़े बेगुनाह का खून डुलिया है। वह भावें पुलिस वाले होण, आर्मी वाले होण, खुद वो नक्सली जिन्होंने वरगला के उन्हें हाथ में हथियार फड़ा दिते गए। जमीन लैन के लालच में नक्सलवाद में पए इन लोगों को हथियार बंदूकों तो बिना होर कुछ भी नहीं मिलिया।